ਹੁਣ ਗੱਲ जाट ਅੰਦੋਲਨ ਦੀ OBC ਕੋਟੇ ਤਹਿਤ जाट ਨੇਤਾਵਾਂ ਵੱਲੋਂ ਰਾਖਵੇਂ ਕਰਨ ਦੀ ਮੰਗ ਨੂੰ ਲੈ ਕੇ ਰੇਲਵੇ ਟ੍ਰੈਕ ਉੱਤੇ ਬੈਠੇ ਜਾਟਾ ਨੇ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ ਮੰਗਾਂ ਪੂਰੀਆਂ ਨਾ ਹੋਣ ਤੱਕ ਅੰਦੋਲਨ ਜਾਰੀ ਰੱਖਣ ਦੀ ਗੱਲ जाट ਨੇਤਾਵਾਂ ਵੱਲੋਂ ਕੀਤੀ ਜਾ ਰਹੀ ਹੈ ਹਰਿਆਣਾ ਜਿੱਥੇ ਜਾਟਾਂ ਦੇ ਅੰਦੋਲਨ ਨਾਲ ਆਮ ਲੋਕ ਹੀ ਪ੍ਰਭਾਵਿਤ ਨਹੀਂ ਹੋ ਰਹੇ ਉੱਥੇ ਭਲਕੇ ਮੰਤਰੀਆਂ ਦੇ ਘਰਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪਾਰੀ ਸੁਰੱਖਿਆ ਬਲ ਹਰਿਆਣਾ 'ਚ ਤੈਨਾਤ ਕਰ ਦਿੱਤੇ ਗਏ ਨੇ। ਪਰ ਇਸ ਦੇ ਬਾਵਜੂਦ ਕੁਝ ਲੋਕਾਂ ਨੇ ਬੁੱਢਾ ਖੇੜਾ ਰੇਲਵੇ ਸਟੇਸ਼ਨ ਨੂੰ ਵੀ ਅੱਗ ਲਗਾ ਦਿੱਤੀ। ਪੁਲਿਸ ਮੁਤਾਬਕ ਇਸ ਅੱਗ ਦੇ ਲੱਗਣ ਤੋਂ ਬਾਅਦ ਫਰਨੀਚਰ, ਰਿਕਾਰਡ ਰੂਮ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। GNCS ਵੇਲੇ ਸਭ ਤੋਂ ਜ਼ਿਆਦਾ ਸਥਿਤੀ ਖਰਾਬ ਦੱਸੀ ਜਾ ਰਹੀ ਹੈ ਦੱਸ ਦਈਏ ਕਿ जाट ਅੰਦੋਲਨ ਦੀ ਹਿੰਸਾ ਚ 37 ਟ੍ਰੇਨਾਂ ਰੱਦ ਹੋ ਚੁੱਕੀਆਂ ਨੇ ਤੇ ਕਰਫੂ ਵੀ ਸਰਕਾਰ ਵੱਲੋਂ ਲਗਾ ਦਿੱਤਾ ਗਿਆ ਹੈ ਤੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਨੇ ਹੁਣ ਇਸ ਅੰਦੋਲਨ ਨੂੰ ਰੋਕਣ ਲਈ ਸਰਕਾਰ ਨੇ ਜਾਟਾਂ ਵਿਚਲੇ ਸਹਿਮਤੀ ਬਹੁਤ ਜ਼ਰੂਰੀ ਹੈ ਤਾਂ ਜੋ ਪਹਿਲਾਂ ਹੀ ਤਰ੍ਹਾਂ ਹਰਿਆਣਾ ਚ ਅਮਨ ਸ਼ਾਂਤੀ ਤੇ ਆਮ ਜਨਜੀਵਨ ਨੂੰ ਪੱਟੜੀ ਤੇ ਲਿਆਂਦਾ ਜਾ ਸਕੇ